ਫਰੈਂਡਸ ਵੈਲਕਮ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਟੂਲਸ ਔਰ ਟੈਕਨੀਕਸ ਆਫ ਇਵੈਲੂਏਸ਼ਨ ਇਨ ਸਾਇੰਸ ਸਾਇੰਸ ਦੇ ਵਿੱਚ ਇਵੈਲੂਏਸ਼ਨ ਕਰਨ ਦੇ ਲਈ ਕਿਹੜੀ ਕਿਹੜੀ ਟੂਲਸ ਜਾਂ ਜਿਹੜੇ ਟੈਕਨੀਕਸ ਨੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਦਾ ਇਵੈਲੂਏਸ਼ਨ ਪ੍ਰੋਸੈਸ ਪ੍ਰੋਡਿਊਸਸ ਦਾ ਡਾਟਾ ਫਾਰ ਕಾಗ್ਨੀਟਿਵ ਅਫੈਕਟਿਵ ਐਂਡ ਸਾਈਕੋਮੋਟਰ ਆਬਜੈਕਟਿਵਸ ਮੀਨ ਜਿਹੜੇ ਜਿਹੜੇ ਆਬਜੈਕਟਿਵਸ ਹੁੰਦੇ ਨੇ ਉਹਨਾਂ ਨਾਲ ਰਿਲੇਟਡ ਜਿਹੜਾ ਡਾਟਾ ਹੈ ਉਹ ਇਵੈਲੂਏਸ਼ਨ ਪ੍ਰੋਸੈਸ ਦੇ ਦੁਆਰਾ ਅਸੀਂ ਪ੍ਰੋਡਿਊਸ ਕਰ ਸਕਦੇ ਹਾਂ द ट्रेडिशनल एग्जामिनेशंस कन्फाइन टू कॉग्निटिव ऑब्जेक्टिव्स ओनली ਜਿਹੜੇ ਪੁਰਾਣੇ ਟਾਈਮ ਦੇ ਵਿੱਚ ਪੇਪਰ ਹੁੰਦੇ ਸੀ ਉਹ ਸਿਰਫ ਕੋਗਨਿਟਿਵ ਆਬਜੈਕਟਿਵ ਮੀਨਸ ਗਿਆਨ ਨਾਲ ਸੰਬੰਧਿਤ ਜਿਹੜੇ ਉਦੇਸ਼ ਨੇ ਉਹਨਾਂ ਨੂੰ ਹੀ ਪੂਰਾ ਕਰਦੇ ਸੀ ਤੇ ਉਹਨਾਂ ਨੂੰ ਹੀ ਮਈਅਰ ਕਰਦੇ ਸੀ ਇਨ ਥਿਸ ਵੇ ਇਵੈਲਿਊਏਸ਼ਨ ਇਜ਼ ਅ ਮੋਰ ਬ੍ਰੋਡ ਪ੍ਰੋਸੈਸ ਬਟ ਜਿਹੜੇ ਇਵੈਲਿਊਏਸ਼ਨ ਹੈ ਉਹ ਜਿਆਦਾ ਬ੍ਰੋਡ ਪ੍ਰੋਸੈਸ ਹੈ ਐਗਜ਼ਾਮਿਨੇਸ਼ਨ ਦੇ ਨਾਲੋਂ ਦ ਵੇਰੀਅਸ ਟਾਈਪਸ ਆਫ ਟੈਕਨੀਕਸ ਆਰ ਯੂਜ਼ਡ ਇਨ ਇਟ ਟੂ ਇਵੈਲੂਏਟ ਕੋਗਨਿਟਿਵ ਅਫੈਕਟਿਵ ਐਂਡ ਸਾਈਕੋਮੋਟਰ ਆਬਜੈਕਟਿਵਸ ਹੁਣੇ ਸਾਰੀ ਤਰ੍ਹਾਂ ਦੇ ਜਿਹੜੇ ਆਬਜੈਕਟਿਵਸ ਨੇ ਉਹਨਾਂ ਨੂੰ ਮੈਜ਼ਰ ਕਰਨ ਦੇ ਲਈ ਡਿਫਰੈਂਟ ਟੂਲਸ ਤੇ ਜਿਹੜੇ ਟੈਕਨੀਕਸ ਨੇ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ ਟੂ ਇਵੈਲੂਏਟ ਕੋਗਨਿਟਿਵ ਆਬਜੈਕਟਿਵ ਟੈਕਨੀਕਸ ਆਰ ਜਿਵੇਂ ਕਿ ਅਸੀਂ ਔਰਲ ਰਿਟਨ ਐਸੇ ਟਾਈਪ ਆਬਜੈਕਟਿਵ ਟਾਈਪ ਟੈਸਟ ਇਹਨਾਂ ਨੂੰ ਯੂਜ਼ ਕਰਦੇ ਹਾਂ ਟੂ ਇਵੈਲੂਏਟ ਆਫ ਅਫੈਕਟਿਵ ਆਬਜੈਕਟਿਵਸ ਟੈਕਨੀਕਸ ਲਾਈਕ ਇੰਟਰਸਟ ਇਨਵੈਂਟਰੀ ਐਟੀਟਿਊਡ ਸਕਿਲਸ

ਚਾਹੇ ਟੈਕਨੀਕ ਸਾਰੇ ਚਾਹੇ ਟੂਲਸ ਆ ਰਿਹਾ ਅਨਸਰ ਵਿਲ ਬੀ ਸੇਮ ਨੈਕਸਟ ਹੈ ਕੁਆਲੀਟੇਟਿਵ ਟੈਕਨੀਕਸ ਆਫ ਈਵੈਲੂਏਸ਼ਨ ਡਿਸਕ੍ਰਿਪਸ਼ਨ ਆਫ ਥੀਸ ਟੈਕਨੀਕਸ ਇਜ਼ ਐਸ ਫਾਲੋਸ ਹੁਣ ਇਹਨਾਂ ਨੂੰ ਅਸੀਂ ਪੂਰੀ ਡਿਟੇਲ ਦੇ ਵਿੱਚ ਇੱਥੇ ਗੱਲ ਕਰਾਂਗੇ ਪਹਿਲਾਂ ਅਸੀਂ ਗੱਲ ਕਰਾਂਗੇ ਕੁਆਂਟੀਟੇਟਿਵ ਟੈਕਨੀਕਸ ਬਾਰੇ ਜਾਂ ਟੂਲਸ ਬਾਰੇ ਦਾ ਕੁਆਂਟੀਟੇਟਿਵ ਟੈਕਨੀਕਸ ਆਰ ਟੂਲਸ ਆਰ ਮੇਨਲੀ ਯੂਜ਼ਡ ਇਨ ਐਜੂਕੇਸ਼ਨਲ ਈਵੈਲੂਏਸ਼ਨ ਇਹਨਾਂ ਨੂੰ ਸਿਰਫ ਐਜੂਕੇਸ਼ਨਲ ਈਵੈਲੂਏਸ਼ਨ ਦੇ ਵਿੱਚ ਅਸੀਂ ਯੂਜ਼ ਕਰਦੇ ਆਂ ਥੀਸ ਆਰ ਹਾਈਲੀ ਰਿਲਾਇਬਲ ਐਂਡ ਵੈਲਿਡ ਐਂਡ ਆਰ ਆਫ 3 ਟਾਈਪਸ ਹੁਣ ਇਹਨਾਂ ਤੇ ਅਸੀਂ ਭਰੋਸਾ ਕਰ ਸਕਦੇ ਹਾਂ ਇਹ ਵੈਲਿਡ ਨੇ ਤੇ ਇਹ ਅੱਗੋਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਔਰਲ ਰਿਟਨ ਐਂਡ ਪ੍ਰੈਕਟੀਕਲ ਹੁਣ ਅਸੀਂ ਇਹਨਾਂ ਤਿੰਨਾਂ ਬਾਰੇ ਵੀ ਦੱਸਾਂਗੇ ਤੁਹਾਨੂੰ ਔਰਲ ਟੈਕਨੀਕਸ ਦਾ ਟੂਲ ਕੀ ਹੈ ਔਰਲ ਟੈਕਨੀਕਸ ਆਫ ਇਵੈਲੂਏਸ਼ਨ ਆਰ ਯੂਜ਼ਡ ਐਟ ਲੋਅਰ ਲੈਵਲ ਆਫ ਆਰਗੇਨਾਈਜ਼ਿੰਗ ਐਂਡ ਲੀਡਿੰਗ ਟੀਚਿੰਗ ਐਕਟੀਵਿਟੀਆਂ ਹੁਣ ਜਿਵੇਂ ਛੋਟੇ ਕਲਾਸਾਂ ਦੇ ਬੱਚੇ ਨੇ ਤਾਂ ਉੱਥੇ ਜਿਹੜੀ ਔਰਲ ਟੈਕਨੀਕ ਉਹ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ ਦ ਔਰਲ ਕੁਐਸਚਨਸ ਡਿਬੇਟਸ ਆਰ ਯੂਜ਼ਡ ਫਾਰ ਥਿਸ ਪਰਪਸ secondary written techniques in this type written questions are asked and students have to write answers bachiyan nu jehde likhan de layi question ditte jande ne te bachche answer nu likhde hai the written tests are more effective than oral the test uh, the written tests are usually of two types ikh hunde essay type test te dusre hunde hai objective type test the objective type tests are new are now prefer preferred for

ਕੁਆਲਿਟੇਟਿਵ ਟੈਕਨੀਕਸ ਆਰ ਯੂਜ਼ਡ ਇਨ ਸਕੂਲਸ ਐਂਡ ਕਾਲਜਸ ਫਾਰ ਇੰਟਰਨਲ ਅਸੈਸਮੈਂਟ ਜਿਹੜੀ ਬੱਚਿਆਂ ਦੀ ਇੰਟਰਨਲ ਅਸੈਸਮੈਂਟ ਲੱਗਦੀ ਹੈ ਉਹ ਕੁਆਲਿਟੇਟਿਵ ਟੈਕਨੀਕਸ ਦੇ ਦੁਆਰਾ ਇਵੈਲੂਏਸ਼ਨ ਕਰਕੇ ਹੀ ਲਗਾਈ ਜਾਂਦੀ ਹੈ ਦੇ ਆਰ ਯੂਜ਼ਡ ਫਾਰ ਅਸੈਸਿੰਗ ਦਾ ਅਫੈਕਟਿਵ ਆਬਜੈਕਟਿਵਸ ਥੀਸ ਟੈਕਨੀਕਸ ਆਰ ਕਲਾਸੀਫਾਈਡ ਇਨਟੂ ਫਾਈਵ ਕੈਟਾਗਰੀਜ਼ ਫਰਸਟ ਕਮਿਊਨਿਟੀਵ ਰਿਕਾਰਡਸ ਐਨੈਕਡੋਟਲ ਰਿਕਾਰਡਸ ਆਬਜ਼ਰਵੇਸ਼ਨ ਟੈਕਨੀਕ ਚੈਕਲਿਸਟ ਐਂਡ ਰੇਟਿੰਗ ਸਕੇਲ ਹੁਣ ਅਸੀਂ ਇਹਨਾਂ ਨੂੰ ਡਿਟੇਲ ਦੇ ਵਿੱਚ ਕਰਾਂਗੇ ਫਰਸਟ ਹੈ ਕਮਿਊਨਿਟੀਵ ਰਿਕਾਰਡ ਸੱਚ ਰਿਕਾਰਡਸ ਆਰ ਪ੍ਰਪੇਅਰਡ ਇਨ ਸਕੂਲਸ ਫਾਰ ਈਚ ਸਟੂਡੈਂਟ ਹੈ ਇੱਕ ਬੱਚੇ ਦਾ ਪੂਰਾ ਜਿਹੜਾ ਰਿਕਾਰਡ ਹੈ ਮੇਨਟੇਨ ਕੀਤਾ ਜਾਂਦਾ ਜਿਹਨੂੰ ਅਸੀਂ ਕਹਿੰਦੇ ਹਾਂ ਕਮੂਲੇਟਿਵ ਰਿਕਾਰਡ ਬੱਚੇ ਨਾਲ ਰਿਲੇਟਡ ਈਚ ਐਂਡ ਏਵਰੀਥਿੰਗ ਇਜ਼ ਨੋਟ ਡਾਊਨ ਔਨ ਦਾ ਰਜਿਸਟਰ ਦਾ ਕਮੂਲੇਟਿਵ ਰਿਕਾਰਡ ਆਫ ਦਾ ਸਟੂਡੈਂਟ ਇਨਕਲੂਡਸ ਦਾ ਐਜੂਕੇਸ਼ਨਲ ਪ੍ਰੋਗਰੈਸ ਰਿਜ਼ਲਟਸ ਆਫ ਮੰਥਲੀ ਹਾਫ ਇਅਰਲੀ ਟੈਸਟਸ ਅਟੈਂਡੈਂਸ ਪਾਰਟਿਸਪੇਸ਼ਨ ਇਨ ਗੇਮਸ ਸਪੋਰਟਸ ਕੋ ਕਰਿਕੂਲਰ ਐਕਟੀਵਿਟੀਆਂ ਐਂਡ ਫਿਜ਼ੀਕਲ ਹੈਲਥ ਮਿੰਜ ਸਾਰੇਆਂ ਜੋ ਬੱਚੇ ਦੇ ਨਾਲ ਰਿਲੇਟਡ ਗੱਲਾਂ ਨੇ ਨੋਟ ਕੀਤੇ ਜਾਂਦੇ ਨੇ ਸਿਮਿਲਰਲੀ ਕਮੂਲੇਟਿਵ ਰਿਕਾਰਡ ਕੈਨ ਬੀ ਕੇਪਟ ਫਾਰ ਸਾਇੰਸ ਸਬਜੈਕਟ ਇਸੇ ਤਰੀਕੇ ਨਾਲ ਹੀ ਅਸੀਂ ਜਿਹੜਾ ਕਮੂਲੇਟਿਵ ਰਿਕਾਰਡ ਆ ਸਾਇੰਸ ਸਬਜੈਕਟ ਦੇ ਲਈ ਵੀ ਤਿਆਰ ਕਰ ਸਕਦੇ ਹਾਂ ਇਟ ਵਿਲ ਕਨਸਿਸਟ ਆਫ ਪਰਫਾਰਮੈਂਸ ਆਫ ਸਟੂਡੈਂਟ ਇਨ ਸਾਇੰਸ ਹੁਣ ਇੱਚ ਸਿਰਫ ਸਾਇੰਸ ਨਾਲ ਰਿਲੇਟਡ ਜਿਹੜੀ ਅਸੀਂ ਇਨਫੋਰਮੇਸ਼ਨ ਹੈ ਬੱਚੇ ਦੀ ਪਰਫਾਰਮੈਂਸ ਆ ਹੋਏ ਥੇ ਨੋ ਡਾਊਨ ਕਰਾਂਗੇ ਥਰੋਅਆਊਟ ਦਾ ਈਅਰ ਪੂਰੇ ਸਾਲ ਦੇ ਵਿੱਚ ਐਂਡ ਵਿਲ ਇਨਕਲੂਡ ਦਾ ਪ੍ਰੈਕਟੀਕਲ ਰਿਕਾਰਡ ਅਸਾਈਨਮੈਂਟ ਰਿਕਾਰਡ ਹਬੀ

ਲਿਖਿਆ ਜਾਂਦਾ ਦਾ ਇੰਟਰਸਟ ਐਂਡ ਲਰਨਿੰਗ ਆਫ ਸਟੂਡੈਂਟਸ ਕੈਨ ਬੀ ਅਸੈਸਡ ਵਿਦ ਦਾ ਹੈਲਪ ਆਫ ਸਚ ਰਿਕਾਰਡਸ ਹੁਣ ਬੱਚੇ ਦਾ ਇੰਟਰਸਟ ਕਿੰਨਾ ਕ ਹੈ ਤੇ ਉਹ ਕਿੰਨਾ ਕ ਵਧੀਆ ਤਰੀਕੇ ਨਾਲ ਲਰਨ ਕਰ ਰਹੇ ਨੇ ਸਾਰਾ ਅਸੀਂ ਇਹਦੇ ਦੁਆਰਾ ਅਸੈਸ ਕਰ ਸਕਦੇ ਹਾਂ ਨੈਕਸਟ ਇਜ਼ ਅਬਜ਼ਰਵੇਸ਼ਨ ਟੈਕਨੀਕ ਇਟ ਇਜ਼ ਸਪੈਸੀਫਿਕ ਪਲਾਨਡ ਐਂਡ ਸਿਸਟੈਮੈਟਿਕ ਸੀਇੰਗ ਬਾਇਗੈਨ ਐਕਸਪਰਟ ਹੁਣ ਇਹ ਇੱਕ ਜਿਹੜਾ ਐਕਸਪਰਟ ਉਹ ਅਬਜ਼ਰਵ ਕਰਦਾ ਹੈ ਸਟੂਡੈਂਟਸ ਨੂੰ ਤੇ ਉਹਦੇ ਅਕੋਰਡਿੰਗ ਜਿਹੜੇ ਬੱਚੇ ਨੂੰ ਅਬਜ਼ਰਵ ਕਰਕੇ ਇੱਕ ਜਿਹੜਾ ਰਿਕਾਰਡ ਹੈ ਉਹ ਰੱਖਿਆ ਜਾਂਦਾ ਥਿਸ ਇਸ ਰਿਪੋਰਟਡ অর ਰਿਕਾਰਡਡ ਬਾਈ ਇਨ ਦਾ ਟੀਚਰਸ ਡਾਇਰੀ ਹੁਣ ਜਿਹੜਾ ਟੀਚਰ ਆ ਉਹ ਨੂੰ ਆਪਣੀ ਡਾਇਰੀ ਦੇ ਵਿੱਚ ਨੋਟ ਕਰਦਾ ਐਂਡ ਦੈਨ ਇਨ ਦਾ ਕਮੂਲੇਟਿਵ ਰਿਕਾਰਡ it provides evidence of child's level of emotional and intellectual maturity and also of social adjustment hun et assi bacche bare dekhna sirf onu observe karna hai onu dasna nahi ke assi ton observe karna hai it also help us in appraising growth in habits and manipulative skills hun et naal assi bacchean di jeedi appraising growth hai ediyan habits manipulative skills sara kuch assi check kar sakde ha next is checklist This technique is used for evaluating interest attitudes and values of students. It includes certain statements of yes or no type. ਹੁਣ ਇਹਦੇ ਵਿੱਚ ਜਿਹੜੇ ਕੁਐਸਚਨ ਹੁੰਦੇ ਨੇ ਉਹ ਸਿਰਫ yes or no type ਦੇ ਹੁੰਦੇ ਨੇ ਤੇ ਬੱਚਿਆਂ ਨੇ ਜਾਂ ਤਾਂ yes ਜਾਂ no ਸਿਰਫ ਇੱਕ ਜਿਹੜਾ ਵਰਡ ਆ ਉਹਦੇ ਉੱਪਰ ਟਿਕ ਕਰਨਾ ਹੁੰਦਾ ਹੈ। The student has to check either of the two each statement of checklist evaluates a specific objective of learning. And fifth is rating scale. the rating technique is used for assessing the attitude of the students towards some situation object or character ਮੀਨ ਦੀ ਕੋਈ ਸਿਚੁਏਸ਼ਨ ਦਿੱਤੀ ਗਈ ਹੈ ਤਾਂ ਉੱਥੇ ਬੱਚੇ ਦਾ ਕੀ ਐਟੀਟਿਊਡ ਹੈ ਜਾਂ ਕੋਈ ਆਬਜੈਕਟ ਨੂੰ ਦੇਖ ਕੇ ਜਾਂ ਕਿਸੇ ਕੈਰੈਕਟਰ ਬਾਰੇ ਇਟ ਕੰਸਿਸਟਸ ਆਫ ਸਮ ਸਟੇਟਮੈਂਟਸ ਵਿਚ ਕੈਨ ਬੀ ਰੇਟਡ ਔਨ 3 5 7 ਪੁਆਇੰਟ ਸਕੇਲ ਹੁਣ ਇੱਥੇ ਇੱਕ ਜਿਹੜਾ ਰੇਟਿੰਗ ਸਕੇਲ ਉਹ ਤਿਆਰ ਕੀਤਾ ਜਾਂਦਾ ਤਾਂ ਬੱਚਾ ਉਹਨਾਂ ਦੇ ਵਿੱਚੋਂ ਦੇਖ ਕੇ ਟਿਕ ਕਰਦਾ ਕਿ ਉਹਦੇ ਬਾਰੇ ਉਹਦੀ ਥਿੰਕਿੰਗ ਕੀ ਹੈ ਇਟ ਇਜ਼ ਯੂਜ਼ਡ ਫਾਰ ਹਾਇਰ ਕਲਾਸਸਿਜ਼ ਬਿਕਾਜ਼ ਇਟ ਰਿਕਵਾਇਰਸ ਦਾ ਪਾਵਰ ਆਫ ਜਜਮੈਂਟ ਆਫ ਸਟੂਡੈਂਟਸ ਇਹ ਸਿਰਫ ਵੱਡੀਆਂ ਕਲਾਸਸਿਜ਼ ਦੇ ਲਈ ਯੂਜ਼ ਕੀਤਾ ਜਾਂਦਾ ਹੈ ਕਿਉਂਕਿ ਇੱਥੇ ਬੱਚੇ ਨੇ ਜਜ ਕਰਨਾ ਹੁੰਦਾ ਹੁਣੇ ਕੋ ਛੋਟੇ ਬੱਚੇ ਨੂੰ ਇਸ ਤਰ੍ਹਾਂ ਦੀ ਗੱਲ ਬਾਰੇ ਹੋ ਸਕਦਾ ਨਾ ਪਤਾ ਹੋਵੇ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕਸ ਫਾਰ ਵਾਚਿੰਗ